ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਰਬੱਤ ਸੰਗਤਾਂ, ਜਿੰਨੇ ਵੀ ਸੰਗਤਾਂ ਇਸ ਪ੍ਰੋਗਰਾਮ ਨੂੰ, ਇਸ ਐਪੀਸੋਡ ਨੂੰ ਸੁਣ ਰਹੀਆਂ ਨੇ, ਉਹਨਾਂ ਸਾਰਿਆਂ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਅੱਜ ਆਪਾਂ ਗੱਲ ਕਰਨ ਵਾਸਤੇ ਜਾ ਰਹੇ ਹਾਂ ਇੱਕ ਐਸੇ ਸੂਰਬੀਰ ਯੋਧੇ ਸੰਤ ਸਿਪਾਹੀ ਦੀ, ਜਿਸਨੇ ਸਿੱਖ ਇਤਿਹਾਸ ਦੇ ਵਿੱਚ, ਖਾਸ ਕਰਕੇ ਭਾਰਤ ਦੇ ਇਤਿਹਾਸ ਦੇ ਵਿੱਚ ਡੂੰਘੀਆਂ ਪੈੜਾਂ ਛੱਡੀਆਂ ਨੇ, ਜਿਨ੍ਹਾਂ ਨੂੰ ਸ਼ਾਇਦ ਕੋਈ ਨਾ ਲੰਘ ਸਕੇ। ਸੰਤ ਬਾਬਾ ਮਹਾਰਾਜ ਸਿੰਘ, ਜਿਹੜੇ ਕਿ ਰਾੜਾ ਸਾਹਿਬ ਦੀ ਸੰਪਰਦਾ ਜੋ ਅੱਜ ਪੂਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ, ਮਸ਼ਹੂਰ ਹੈ, ਜੋ ਪੰਜਾਂ ਪਿਆਰਿਆਂ ਦੀ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਤੋਂ ਚੱਲੀ, ਇਸੇ ਸੰਪਰਦਾ ਦੇ ਵਿੱਚ ਪੰਜਵੇਂ ਮਹਾਂਪੁਰਖ ਬਾਬਾ ਮਹਾਰਾਜ ਸਿੰਘ ਹੋਏ, ਜਿਨ੍ਹਾਂ ਦਾ ਇਤਿਹਾਸ, ਜਿਨ੍ਹਾਂ ਦਾ ਜੀਵਨ ਬਹੁਤ ਵੱਡਾ ਵਿਸ਼ਾਲ ਹੈ, ਸਮੁੰਦਰ ਦੀ ਤਰ੍ਹਾਂ ਹੈ। ਪਰ ਆਪਾਂ ਅੱਜ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਪੱਖ ਲੈ ਕੇ, ਉਹਨਾਂ ਦੀਆਂ ਜੋ ਕੁਰਬਾਨੀਆਂ ਨੇ, ਜੋ ਕੌਮ ਨੂੰ, ਪੰਥ ਨੂੰ, ਜੋ ਦੇਸ਼ ਨੂੰ ਦੇਣਾ ਹੈ, ਉਹਦੇ ਬਾਰੇ ਗੱਲ ਕਰਾਂਗੇ। ਇੱਕ ਸਮਾਂ ਐਸਾ ਆਉਂਦਾ, ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ, ਜਦੋਂ ਪੰਜਾਬ ਦੇ ਵਿੱਚ, ਖਾਸ ਕਰਕੇ ਲਾਹੌਰ ਦਰਬਾਰ ਦੇ ਵਿੱਚ, ਬੁਰਛਾਗਰਦੀ ਛਾ ਜਾਂਦੀ ਹੈ, ਆਪਸ ਦੇ ਵਿੱਚ ਮਾਰ ਧਾੜ ਮਿਟਦੀ ਪੈ ਜਾਂਦੀ ਹੈ, ਉਸੇ ਦੌਰ ਦੇ ਵਿੱਚ ਸਿੱਖਾਂ ਵਾਸਤੇ, ਕੌਮ ਵਾਸਤੇ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ। ਬਾਬਾ ਵੀਰ ਸਿੰਘ ਨਰੰਗਾਬਾਦੀ, ਜਿਨ੍ਹਾਂ ਦੇ ਕੋਲ ਬਾਬਾ ਮਹਾਰਾਜ ਸਿੰਘ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਨਿਹਾਲ ਸਿੰਘ ਸੀ, ਉਹਨਾਂ ਕੋਲ ਰਹਿ ਕੇ ਸੇਵਾ ਕਰਦੇ ਸਨ। ਬਾਬਾ ਮਹਾਰਾਜ ਸਿੰਘ ਦੇ ਸੇਵਾ ਕਰਦਿਆਂ ਦੇ ਦੌਰਾਨ ਇੱਕ ਦੌਰ ਐਸਾ ਆਇਆ, ਜਦੋਂ ਦਰਬਾਰ ਦੇ ਵਿੱਚੋਂ, ਲਾਹੌਰ ਦਰਬਾਰ ਦੇ ਵਿੱਚੋਂ ਭਗੌੜੇ ਕਰਾਰ ਦਿੱਤੇ ਹੋਏ ਸਰਦਾਰ ਕਸ਼ਮੀਰਾ ਸਿੰਘ, ਸਰਦਾਰ ਪਸ਼ੌਰਾ ਸਿੰਘ, ਅਤਰ ਸਿੰਘ ਅਤੇ ਹਰੀ ਸਿੰਘ ਨਲੂਏ ਦਾ ਸਪੁੱਤਰ ਜਵਾਹਰ ਸਿੰਘ ਨਲੂਆ, ਇਹਨਾਂ ਦੇ ਪਿੱਛੇ ਲਾਹੌਰ ਦਰਬਾਰ ਦੀ ਫੌਜ ਲੱਗੀ ਹੁੰਦੀ, ਜੋ ਮੁਲਤਾਨ ਦੀ ਜੰਗ ਵਿੱਚ ਹਾਰਨ ਤੋਂ ਬਾਅਦ ਬਾਬਾ ਵੀਰ ਸਿੰਘ ਦੇ ਸਥਾਨ 'ਤੇ ਆਉਂਦੇ ਨੇ। ਆ ਕੇ ਬਾਬਾ ਵੀਰ ਸਿੰਘ ਨੂੰ ਬੇਨਤੀ ਕਰਦੇ ਨੇ ਕਿ ਅਸੀਂ ਜੰਗ ਹਾਰ ਚੁੱਕੇ ਹਾਂ, ਸਾਡੇ ਪਿੱਛੇ ਫੌਜ ਲੱਗੀ ਹੋਈ ਹੈ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਸੋ ਬਾਬਾ ਵੀਰ ਸਿੰਘ ਦਾ, ਨਰੰਗਾਬਾਦ ਵਾਲਿਆਂ ਦਾ ਇਹਨਾਂ ਨੂੰ ਸ਼ਰਨ ਦੇਣਾ, ਉਸੇ ਸਮੇਂ ਮਹਾਰਾਜ ਬਾਬਾ ਮਹਾਰਾਜ ਸਿੰਘ ਜੀ ਦਾ ਉੱਥੇ ਸੇਵਾ ਕਰਨਾ, ਉਸ ਦੌਰ ਦੇ ਵਿੱਚ ਹੀਰਾ ਸਿੰਘ ਡੋਗਰਾ, ਜੋ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੈ, ਉਹ ਮਹਾਰਾਣੀ ਜਿੰਦ ਕੌਰ ਕੋਲੋਂ ਦਬਾਅ ਪਾ ਕੇ, ਪ੍ਰੈਸ਼ਰ ਪਾ ਕੇ ਇੱਕ ਚਿੱਠੀ ਬਾਬਾ ਵੀਰ ਸਿੰਘ ਨੂੰ ਲਿਖਵਾਉਂਦਾ ਕਿ ਬਾਬਾ ਵੀਰ ਸਿੰਘ ਨੂੰ ਕਹੋ ਕਿ ਇਹ ਜਿਹੜੇ ਲਾਹੌਰ ਦਰਬਾਰ ਦੇ ਭਗੌੜੇ ਨੇ, ਇਹ ਸਾਡੇ ਹਵਾਲੇ ਕੀਤੇ ਜਾਣ। ਮਜਬੂਰੀ ਦੇ ਵੱਸ, ਬਿਪਤਾ ਦੀ ਮਾਰੀ, ਮਹਾਰਾਣੀ ਜਿੰਦ ਕੌਰ ਨੂੰ ਇਹ ਚਿੱਠੀ ਲਿਖਣੀ ਪੈਂਦੀ ਹੈ, ਪਰ ਬਾਬਾ ਵੀਰ ਸਿੰਘ ਨਰੰਗਾਬਾਦੀ ਇਹਨਾਂ ਨੂੰ ਵਾਪਸ ਦੇਣ ਤੋਂ ਸਾਫ਼ ਮਨ੍ਹਾ ਕਰ ਦਿੰਦੇ ਨੇ। ਉੱਥੇ ਫਿਰ ਹੀਰਾ ਸਿੰਘ ਡੋਗਰਾ ਆਪਣਾ ਏਲਚੀ ਭੇਜਦਾ ਹੈ ਬਾਬਾ ਵੀਰ ਸਿੰਘ ਦੇ ਪਾਸ ਕਿ ਸਾਡੀ ਗੱਲ ਮੰਨ ਲਈ ਜਾਏ, ਇਹ ਬੰਦੇ ਸਾਨੂੰ ਦਿੱਤੇ ਜਾਣ ਜੋ ਭਗੌੜੇ ਨੇ, ਨਹੀਂ ਤਾਂ ਬਹੁਤ ਬੁਰਾ ਹੋਏਗਾ। ਪਰ ਬਾਬਾ ਵੀਰ ਸਿੰਘ ਨਰੰਗਾਬਾਦੀ ਮਨ੍ਹਾ ਕਰਦੇ ਨੇ। ਦੂਜੀ ਵਾਰੀ ਫਿਰ ਏਲਚੀ ਆਉਂਦਾ, ਫਿਰ ਉਹੀ ਗੱਲ ਦੁਹਰਾਈ ਜਾਂਦੀ ਹੈ ਕਿ ਇਹ ਗੁਰੂ ਘਰ, ਇਹ ਲਾਹੌਰ ਦਰਬਾਰ ਦੇ ਭਗੌੜੇ ਨੇ, ਇਹ ਸਾਡੇ ਹਵਾਲੇ ਕੀਤੇ ਜਾਣ। ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਫਿਰ ਮਨ੍ਹਾ ਕਰਦੇ ਨੇ। ਤੀਜੀ ਵਾਰੀ ਫਿਰ ਤੀਜਾ ਮੈਸੇਜ ਆਉਂਦਾ ਹੈ ਕਿ ਇਹ ਸਾਡੇ ਹਵਾਲੇ ਕਰ ਦਿਓ, ਨਹੀਂ ਤਾਂ ਫਿਰ ਜੰਗ ਲਈ ਤਿਆਰ ਹੋ ਜਾਓ, ਤੁਹਾਡੇ 'ਤੇ ਹਮਲਾ ਕੀਤਾ ਜਾਏਗਾ। ਉੱਥੇ ਫਿਰ ਬਾਬਾ ਵੀਰ ਸਿੰਘ ਦਾ ਇਹ ਗੱਲ ਕਹਿਣਾ ਕਿ ਜੋ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਹੈ, ਗੁਰੂ ਨਾਨਕ ਦੇ ਸਿੱਖ ਦੇ ਘਰ ਵਿੱਚ ਆਉਂਦਾ, ਸਿੱਖ ਕਦੇ ਉਹਨੂੰ ਦੁਰਕਾਰਦਾ ਨਹੀਂ, ਇਸ ਕਰਕੇ ਤੁਸੀਂ ਜੋ ਕਰਨਾ ਕਰੋ, ਪਰ ਅਸੀਂ ਇਹਨਾਂ ਨੂੰ ਵਾਪਸ ਨਹੀਂ ਕਰਾਂਗੇ। ਖੈਰ, ਸਮਾਂ ਥੋੜ੍ਹਾ ਹੈ, ਇਤਿਹਾਸ ਵੱਡਾ ਹੈ, ਮੁੱਕਦੀ ਗੱਲ ਲਾਹੌਰ ਦਰਬਾਰ ਤੋਂ ਬਾਬਾ ਵੀਰ ਸਿੰਘ ਦੇ ਸਥਾਨ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਹੈ, ਜਿਸ ਚੜ੍ਹਾਈ ਦੇ ਵਿੱਚ, ਜਿਸ ਹਮਲੇ ਦੇ ਵਿੱਚ ਬਾਬਾ ਵੀਰ ਸਿੰਘ ਨਰੰਗਾਬਾਦੀਆਂ ਨੂੰ ਪਹਿਲਾਂ 18 ਗੋਲੀਆਂ ਲੱਗਦੀਆਂ ਨੇ, ਫਿਰ
ਤੋਪ ਦੇ ਗੋਲੇ ਦਾਗੇ ਜਾਂਦੇ ਨੇ ਜਿੱਥੇ ਬਾਬਾ ਵੀਰ ਸਿੰਘ ਦੀ ਸ਼ਹੀਦੀ ਹੁੰਦੀ ਹੈ। ਬਾਬਾ ਵੀਰ ਸਿੰਘ ਨਿਰੰਗਾਬਾਦੀਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਉਹਨਾਂ ਦਾ ਦਸਵਾਂ ਕੀਤਾ ਜਾਂਦਾ ਹੈ, ਉਸ ਸਮੇਂ ਇਸੇ ਸੰਪਰਦਾ ਦੇ ਬਾਬਾ ਖੁਦਾ ਸਿੰਘ ਇੱਕ ਅਨਾਊਂਸਮੈਂਟ ਕਰਦੇ ਨੇ ਔਰ ਇਹ ਬਚਨ ਕਰਦੇ ਨੇ ਕਿ ਜਿਹੜੀਆਂ ਪੰਡਾਂ ਨੇ, ਇਹ ਪਾਂਡੀਆਂ ਨੇ, ਢੋਣੀਆਂ ਨੇ, ਇਹ ਬਚਨ ਕਰਦੇ ਹੋਏ ਜਿਹੜੀ ਉਹ ਗੱਦੀ ਦੀ ਸੇਵਾ ਹੈ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਦਾ ਭਾਈ ਨਿਹਾਲ ਸਿੰਘ ਪਹਿਲਾ ਨਾਂ ਸੀ, ਉਹਨਾਂ ਨੂੰ ਸੌਂਪ ਦਿੱਤੀ ਜਾਂਦੀ ਹੈ। ਸੋ ਅੰਗਰੇਜ਼ ਹਕੂਮਤ ਹੈ ਜਿਹੜੀ, ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਜ਼ਰੂਰੀ ਬਣਦਾ, ਜਿਸ ਗੱਲ ਤੋਂ ਅੰਗਰੇਜ਼ ਸਰਕਾਰ ਦੇ ਵਿੱਚ, ਅੰਗਰੇਜ਼ ਹਕੂਮਤ ਦੇ ਵਿੱਚ ਬਾਬਾ ਮਹਾਰਾਜ ਸਿੰਘ ਦਾ ਡਰ ਬੈਠਿਆ ਸੀ, ਖੌਫ ਸੀ। ਉਹ ਘਟਨਾ ਕਿਹੜੀ ਹੈ? ਬਾਬਾ ਵੀਰ ਸਿੰਘ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਸਥਾਨ 'ਤੇ ਸੇਵਾ ਕਰਦੇ ਕਰਦੇ ਇੱਕ ਦਿਨ ਬਾਬਾ ਮਹਾਰਾਜ ਸਿੰਘ ਪ੍ਰਸ਼ਾਦੇ ਦੀ ਸੇਵਾ ਕਰ ਰਹੇ ਨੇ ਅਤੇ ਬਾਬਾ ਵੀਰ ਸਿੰਘ ਦਾ ਇੱਕ ਸੇਵਾਦਾਰ ਦੌੜ ਕੇ ਬਾਬਾ ਮਹਾਰਾਜ ਸਿੰਘ ਦੇ ਕੋਲ ਆਉਂਦਾ, ਜਿਨ੍ਹਾਂ ਦਾ ਨਾਮ ਪਹਿਲਾਂ ਭਾਈ ਨਿਹਾਲ ਸਿੰਘ ਸੀ। ਉਹ ਇਹ ਬੇਨਤੀ ਕਰਦਾ ਕਿ ਬਾਬਾ ਜੀ ਜਲਦੀ ਚੱਲੋ, ਦੇਗ ਉਬਲ ਰਹੀ ਹੈ ਅਤੇ ਦਾਲ ਬਾਹਰ ਡਿੱਗ ਰਹੀ ਹੈ, ਮੈਨੂੰ ਕੋਈ ਬਰਤਨ, ਕੋਈ ਖੁਰਚਣਾ ਨਹੀਂ ਮਿਲਿਆ, ਕੋਈ ਕੜਛਾ ਨਹੀਂ ਮਿਲਿਆ ਕਿ ਮੈਂ ਦੇਗ ਸੰਭਾਲ ਸਕਾਂ। ਬਾਬਾ ਮਹਾਰਾਜ ਸਿੰਘ ਦੌੜ ਕੇ ਜਾਂਦੇ ਨੇ, ਉਹ ਦੇਗ ਦੇ ਵਿੱਚ ਜਾ ਕੇ ਆਪਣੀ ਬਾਂਹ ਫੇਰਦੇ ਨੇ, ਦੇਗ ਠੰਡੀ ਹੋ ਸ਼ਾਂਤ ਹੋ ਜਾਂਦੀ ਹੈ। ਇਸ ਘਟਨਾ ਦਾ ਜ਼ਿਕਰ ਹੈ ਜਿਹੜਾ ਉਹ ਅੰਗਰੇਜ਼ਾਂ ਦੇ ਵਿੱਚ ਚੱਲਦਾ ਹੈ ਕਿ ਇੱਕ ਐਸਾ ਸਿੱਖ ਜਿਹੜਾ ਉਬਲਦੀ ਦੇਗ ਦੇ ਵਿੱਚ ਬਾਂਹ ਫੇਰ ਕੇ ਦੇਗ ਨੂੰ ਸ਼ਾਂਤ ਕਰ ਸਕਦਾ, ਉਹ ਕੁਝ ਵੀ ਕਰ ਸਕਦਾ। ਇਸ ਗੱਲ ਦਾ ਖੌਫ ਅੰਗਰੇਜ਼ ਹਕੂਮਤ ਦੇ ਵਿੱਚ ਬੈਠਾ ਹੋਇਆ ਸੀ। ਇਸ ਕਰਕੇ ਬਾਬਾ ਵੀਰ ਸਿੰਘ ਤੋਂ ਬਾਅਦ ਜਿਹੜੀ ਅੰਗਰੇਜ਼ ਸਰਕਾਰ ਹੈ ਉਹ ਬਾਬਾ ਮਹਾਰਾਜ ਸਿੰਘ ਦੀ ਦੁਸ਼ਮਣ ਬਣ ਜਾਂਦੀ ਹੈ, ਕਿਉਂਕਿ ਬਾਬਾ ਮਹਾਰਾਜ ਸਿੰਘ ਨੇ ਕਸਮ ਖਾਧੀ ਸੀ। ਇੱਕ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ, ਦਰਸ਼ਨੀ ਡਿਉੜੀ ਦੇ ਅੱਗੇ ਖੜ੍ਹੇ ਹੋ ਕੇ ਅਰਦਾਸ ਕਰਦੇ ਨੇ, ਇਹ ਸਹੁੰ ਖਾਂਦੇ ਨੇ ਕਿ ਹੇ ਸਤਿਗੁਰੂ ਰਾਮਦਾਸ ਜੀ, ਪਹਿਲੀ ਗੱਲ ਤਾਂ ਮੈਂ ਆਪ ਜੀ ਦਾ ਸੇਵਕ, ਚਰਨ ਸੇਵਕ, ਆਪ ਜੀ ਦਾ ਸਿੱਖ, ਜੋ ਪੱਛਮ ਵੱਲੋਂ ਇਹ ਗੋਰੀ ਤਾਕਤ ਭਾਰਤ ਦੀ ਧਰਤੀ ਨੂੰ ਦੱਬਣ ਵਾਸਤੇ ਆਈ ਹੈ, ਇਹਨੂੰ ਪੱਟ ਕੇ ਇਹਦਾ ਜੂੜਾ ਲਾਹ ਕੇ ਸਮੁੰਦਰੋਂ ਪਾਰ ਸਿੱਟ ਦਿਆਂਗਾ, ਪਰ ਜੇ ਮੈਥੋਂ ਇੰਨਾ ਨਾ ਹੋ ਪਾਇਆ, ਇਸ ਗੋਰੀ ਤਾਕਤ ਅੱਗੇ ਕਦੇ ਵੀ ਆਪਣਾ ਅਤੇ ਆਪਣੀ ਕੌਮ ਦਾ ਸੀਸ ਨਹੀਂ ਝੁਕਣ ਦਿਆਂਗਾ, ਸਗੋਂ ਸੀਸ ਘਟਾ ਦਿਆਂਗਾ। ਇਹ ਪ੍ਰਣ ਕੀਤਾ, ਜਿਸ ਨੂੰ ਬਾਬਾ ਮਹਾਰਾਜ ਸਿੰਘ ਨੇ ਅਖੀਰਲੇ ਦਮ ਤੱਕ ਨਿਭਾਇਆ ਵੀ। ਔਰ ਇੱਥੇ ਇੱਕ ਜ਼ਿਕਰ ਹੋਰ ਬਣਦਾ ਕਿ ਅੰਗਰੇਜ਼ ਦੀ ਇੱਕ ਰਿਪੋਰਟ ਹੈ 1 ਜੂਨ 1847 ਦੀ, ਲੈਫਟੀਨੈਂਟ ਜਨਰਲ ਮਿਸਟਰ ਲਾਰੈਂਸ ਨੇ ਗਵਰਨਰ ਜਨਰਲ ਹਿੰਦ ਨੂੰ ਇਹ ਰਿਪੋਰਟ ਭੇਜੀ ਹੈ 1 ਜੂਨ 1847 ਨੂੰ। ਉਹ ਇੱਕ ਜ਼ਿਕਰ ਕਰਦਾ ਕਿ ਬਹੁਤ ਸਾਰੇ ਮੁਜਰਮ ਨੇ ਜਿਹੜੇ ਫੜੇ ਗਏ ਨੇ, ਉਹਨਾਂ ਦੇ ਵਿੱਚ ਇੱਕ ਨਾਮ ਲੈਂਦਾ ਸਪੈਸ਼ਲ ਤੌਰ 'ਤੇ ਕੈਦੀ ਦਾ, ਉਹਦਾ ਨਾਮ ਹੈ ਪ੍ਰੇਮਾ। ਇਹ ਪ੍ਰੇਮਾ ਲਾਹੌਰ ਸਾਜਿਸ਼ ਕੇਸ ਅਸਲ ਵਿੱਚ ਹੈ ਕੀ ਹੈ? ਬਾਬਾ ਵੀਰ ਸਿੰਘ ਨਿਰੰਗਾਬਾਦੀਆਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਨੇ ਨਿਰੰਗਾਬਾਦ ਛੱਡ ਕੇ ਅੰਮ੍ਰਿਤਸਰ ਜਾ ਕੇ ਡੇਰਾ ਕਰ ਲਿਆ। ਉੱਥੇ ਬਾਬਾ ਮਹਾਰਾਜ ਸਿੰਘ ਦਾ ਸਿੱਖਾਂ ਨੂੰ ਲਾਮਬੰਦ ਕਰਨਾ, ਅੰਮ੍ਰਿਤਪਾਨ ਕਰਾਉਣਾ, ਗੁਰਬਾਣੀ ਦੀ ਸਿੱਖਿਆ ਦੇਣੀ, ਗੁਰਸਿੱਖੀ ਦੇ ਨਾਲ ਜੋੜਨਾ, ਔਰ ਇਸ ਗੱਲ ਤੋਂ ਜਾਣੂ ਕਰਾਉਣਾ ਕਿ ਇਹ ਜਿਹੜੀ ਸਾਡੀ ਵਿਰਾਸਤ ਹੈ, ਸਾਡੀ ਕੌਮ ਹੈ, ਸਾਡਾ ਦੇਸ਼ ਹੈ, ਇਹਨੂੰ ਪੱਛਮੀ ਤਾਕਤ ਹੌਲੀ ਹੌਲੀ ਨੱਪ ਰਹੀ ਹੈ, ਇਹਨੂੰ ਨੱਥ ਪਾਈ ਜਾਵੇ। ਉਸੇ ਦੌਰ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਮੀਟਿੰਗ ਹੋਣ ਵਾਲੀ ਸੀ ਅੰਗਰੇਜ਼ ਅਫਸਰਾਂ ਦੀ, ਉੱਥੇ ਇਹ ਸੂਹ ਮਿਲਦੀ ਹੈ ਕਿ ਮਹਾਰਾਣੀ ਜਿੰਦ ਕੌਰ ਦੇ ਕਹਿਣ ਦੇ ਉੱਤੇ ਜਿਹੜਾ ਬਾਬਾ ਮਹਾਰਾਜ ਸਿੰਘ ਹੈ ਆਪਣੇ ਕੁਝ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਜਦੋਂ ਮੀਟਿੰਗ ਚੱਲ ਰਹੀ ਹੋਏਗੀ ਉੱਥੇ ਅੰਗਰੇਜ਼ ਅਫਸਰਾਂ ਦਾ ਕਤਲ ਕੀਤਾ ਜਾਣਾ। ਇਹ ਜਦੋਂ ਸੂਹ ਮਿਲ ਜਾਂਦੀ ਹੈ, ਇਹ ਸਾਰਾ ਪਲਾਨ ਫੇਲ ਹੋ ਜਾਂਦਾ ਹੈ।
ਉੱਥੇ ਬਾਬਾ ਮਹਾਰਾਜ ਸਿੰਘ ਦੇ ਵਰੰਟ ਕੱਢ ਦਿੱਤੇ ਜਾਂਦੇ ਨੇ ਅੰਗਰੇਜ਼ ਗੌਰਮੈਂਟ ਵੱਲੋਂ ਕਿ ਜਿਹੜਾ ਵੀ ਬਾਬਾ ਮਹਾਰਾਜ ਸਿੰਘ ਨੂੰ ਫੜਾਏਗਾ ਉਹਨੂੰ ਉਚਿਤ ਇਨਾਮ ਦਿੱਤਾ ਜਾਏਗਾ। ਪਰ ਬਾਬਾ ਮਹਾਰਾਜ ਸਿੰਘ ਦੀ ਸਿਆਸੀ ਸੂਝਬੂਝ, ਦੂਰ ਅੰਦੇਸ਼ੀ, ਉੱਚੇ ਖਿਆਲ, ਉੱਚੀ ਸੋਚ ਕਰਕੇ ਉਹ ਅੰਗਰੇਜ਼ ਸਿਪਾਹੀਆਂ ਦੇ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਦੀ ਧਰਤੀ ਨੂੰ ਛੱਡ ਕੇ ਉੱਥੋਂ ਨਿਕਲ ਜਾਂਦੇ ਨੇ, ਉੱਥੋਂ ਚਲੇ ਜਾਂਦੇ ਨੇ। ਅੰਗਰੇਜ਼ ਗੌਰਮੈਂਟ ਕੀ ਕਰਦੀ ਹੈ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਜਿਹੜਾ ਡੇਰਾ ਸਾਰਾ ਜ਼ਬਤ ਕਰ ਲੈਂਦੀ ਹੈ। ਇਤਿਹਾਸ ਦੇ ਵਿੱਚ ਦਰਜ ਹੈ ਕਿ ਜਿੰਨਾ ਵੀ ਉਹਨਾਂ ਦਾ ਸਮਾਨ ਸੀ ਉਸ ਸਮੇਂ 6,000 ਰੁਪਈਏ ਦੇ ਵਿੱਚ ਨਿਲਾਮ ਕਰ ਦਿੱਤਾ ਗਿਆ ਅਤੇ ਜਿਹੜੇ ਵੀ ਉੱਥੇ ਪਸ਼ੂ, ਘੋੜੇ, ਮੱਝਾਂ, ਗਾਵਾਂ ਉਸ ਸਮੇਂ ਰੱਖੀਆਂ ਗਈਆਂ ਸਨ, ਉਹਨਾਂ ਸਾਰੀਆਂ ਮੱਝਾਂ, ਗਾਵਾਂ ਨੂੰ ਜਾਂ ਘੋੜਿਆਂ ਨੂੰ, ਪਸ਼ੂਆਂ ਨੂੰ, ਜਿਹੜੇ ਦੂਜੀਆਂ ਧਾਰਮਿਕ ਸੰਸਥਾਵਾਂ ਜਾਂ ਧਾਰਮਿਕ ਜਿੰਨੇ ਵੀ ਸਥਾਨ ਸਨ ਉਹਨਾਂ ਨੂੰ ਫ੍ਰੀ ਦੇ ਵਿੱਚ ਦਾਨ ਕਰ ਦਿੱਤਾ ਗਿਆ। ਇੱਕ ਥਾਣੇਦਾਰ ਜਿਹਦੀ ਡਿਊਟੀ ਲੱਗੀ ਸੀ ਬਾਬਾ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰਨ ਦੀ, ਉਹ ਗ੍ਰਿਫਤਾਰ ਨਾ ਕਰ ਸਕਿਆ, ਉਹਨੂੰ ਮੁਅੱਤਲ ਕਰ ਦਿੱਤਾ ਗਿਆ। ਪਰ ਬਾਅਦ ਵਿੱਚ ਇਸ ਸ਼ਰਤ 'ਤੇ ਉਹਨੂੰ ਬਹਾਲ ਕੀਤਾ ਗਿਆ ਕਿ ਉਹ ਮਹਾਰਾਜ ਸਿੰਘ ਨੂੰ ਜਲਦੀ ਤੋਂ ਜਲਦੀ ਫੜਾਏਗਾ, ਪਰ ਉਹ ਫੇਲ ਹੋ ਗਿਆ, ਉਹ ਨਹੀਂ ਫੜਾ ਸਕਿਆ। ਉਹਦੀ ਜਿਹੜੀ ਕਾਰਗੁਜ਼ਾਰੀ ਸੀ, ਢਿੱਲੀ ਕਹਿ ਲਓ, ਕੁਝ ਵੀ ਕਹਿ ਲਓ, ਉਹ ਬਾਬਾ ਮਹਾਰਾਜ ਸਿੰਘ ਨੂੰ ਨਹੀਂ ਫੜਾ ਸਕਿਆ। ਇਸ ਗੱਲ ਤੋਂ ਕਿ ਬਾਬਾ ਮਹਾਰਾਜ ਸਿੰਘ ਦੇ ਵਰੰਟ ਨਿਕਲ ਚੁੱਕੇ ਨੇ, ਜਿਹੜਾ ਮਾਝੀ ਦਾ ਇਲਾਕਾ ਖਾਸ ਕਰਕੇ ਉਹ ਸਾਰਾ ਹੀ ਭੜਕ ਉੱਠਿਆ, ਬਾਬਾ ਮਹਾਰਾਜ ਸਿੰਘ ਦੇ ਹੱਕ ਵਿੱਚ ਖੜ ਗਿਆ। ਇੱਥੋਂ ਤੱਕ ਅੰਗਰੇਜ਼ ਗੌਰਮੈਂਟ ਨੇ ਇਹ ਐਲਾਨ ਕਰ ਦਿੱਤਾ ਕਿ ਬਾਬਾ ਮਹਾਰਾਜ ਸਿੰਘ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਵੀ ਕੋਈ ਠਾਰ ਦੇਵੇਗਾ ਜਾਂ ਪ੍ਰਸ਼ਾਦਾ ਪਾਣੀ ਛਕਾਏਗਾ, ਪੂਰੇ ਦੇ ਪੂਰੇ ਪਿੰਡ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਏਗਾ। ਪਰ ਬਾਅਦ ਦੇ ਵਿੱਚ ਲਾਹੌਰ ਦੇ ਦੀਵਾਨ ਦੀਨਾਨਾਥ ਦੇ ਰਾਹੀਂ ਇਹ ਹੁਕਮ ਜਿਹੜਾ ਉਹ ਵਾਪਸ ਲਿਆ ਗਿਆ, ਕਿਉਂਕਿ ਦੀਨਾਨਾਥ ਦਾ ਕਹਿਣਾ ਸੀਗਾ ਅਗਰ ਇਹ ਕੰਮ ਹੋਇਆ ਤਾਂ ਅੰਗਰੇਜ਼ਾਂ ਦੇ ਵਿਰੁੱਧ, ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਉਹ ਬਗਾਵਤ ਖੜੀ ਹੋ ਜਾਏਗੀ, ਜਿਹਨੂੰ ਸਾਂਭਣਾ ਬਹੁਤ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਮੁਲਤਾਨ ਬਾਬਾ ਮਹਾਰਾਜ ਸਿੰਘ ਦਾ ਪਹੁੰਚਣਾ, ਉੱਥੋਂ ਦੇ ਨਵਾਬ ਨੂੰ ਮਿਲਣਾ, ਉਹਦੇ ਨਾਲ ਮਿਲ ਕੇ ਅੱਗੇ ਦੀ ਜਿਹੜੀ ਵਿਉਂਤਬੰਦੀ ਉਲੀਕਣੀ, ਇਸੇ ਦੌਰ ਦੇ ਵਿੱਚ ਰਾਣੀ ਜਿੰਦ ਕੌਰ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਲਾਹੌਰ ਦਰਬਾਰ ਤੋਂ ਕਾਹਨ ਸਿੰਘ ਮਜੀਠੀਆ ਦਾ ਇੱਕ ਗਰੁੱਪ ਜਾਂਦਾ ਬਾਬਾ ਜੀ ਨੂੰ ਫੜਨ ਲਈ, ਪਰ ਉਹ ਵੀ ਫੇਲ ਹੋ ਜਾਂਦਾ ਹੈ, ਉਹ ਫੜ ਨਹੀਂ ਸਕਦਾ। ਫਿਰ ਇੱਕ ਸਮਾਂ ਐਸਾ ਵੀ ਆਉਂਦਾ ਕਿ ਅੰਗਰੇਜ਼ ਫੌਜੀ ਕੈਪਟਨ ਕੌਕਸ ਉਹ ਵੀ ਆ ਕੇ ਬਾਬਾ ਜੀ ਨੂੰ ਇੱਕ ਥਾਂ 'ਤੇ ਘੇਰਾ ਪਾ ਲੈਂਦਾ, ਪਰ ਬਾਬਾ ਮਹਾਰਾਜ ਸਿੰਘ ਦੀ ਜੰਗੀ ਸੂਝਬੂਝ, ਸਿਆਣਪ ਕਰਕੇ ਉਹ ਘੇਰਾ ਤੋੜ ਕੇ ਆਪਣੇ ਥੋੜ੍ਹੇ ਜਿਹੇ ਸਾਥੀਆਂ ਨਾਲ ਇੱਕ ਬਹੁਤ ਵੱਡੀ ਫੌਜ ਦੇ ਵਿੱਚੋਂ ਨਿਕਲ ਕੇ ਚਲੇ ਜਾਂਦੇ ਨੇ। ਔਰ ਜਿਹੜਾ ਉਹਨਾਂ ਦੇ ਕੋਲ ਸਮਾਨ ਹੁੰਦਾ ਸਾਰਾ ਹੀ, ਉਹ ਚਨਾਬ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਂਦਾ। ਇਸੇ ਦੌਰਾਨ ਰਾਵਲ ਪਿੰਡੀ ਦੇ ਵਿੱਚ ਵਿਚਰਨਾ ਔਰ ਵੱਡੇ ਵੱਡੇ ਸਰਦਾਰਾਂ ਨੂੰ ਇਹ ਗੱਲ ਸਮਝਾਉਣੀ ਉਸ ਸਮੇਂ ਦੇ ਜਰਨੈਲਾਂ ਨੂੰ, ਸਿੱਖਾਂ ਨੂੰ, ਕਿ ਤੁਸੀਂ ਹੁਣ ਆਪਸ ਦੇ ਵਿੱਚ ਜਿਹੜੀ ਮਾਰ ਧਾੜ ਪਈ ਹੈ ਇਹਨੂੰ ਬੰਦ ਕਰਕੇ ਇਕੱਠੇ ਹੋਵੋ, ਦੇਸ਼ ਦੇ ਉੱਤੇ, ਕੌਮ ਦੇ ਉੱਤੇ ਜਿਹੜੀ ਇਹ ਨਵੀਂ ਪੱਛਮੀ ਤਾਕਤ ਆਉਣ ਪਈ ਹੈ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਜਥੇ ਸਮੇਤ ਬਾਬਾ ਮਹਾਰਾਜ ਸਿੰਘ ਦਾ ਜੰਮੂ ਦੇ ਵਿੱਚ ਪਹੁੰਚਣਾ, ਉੱਥੇ ਜਾ ਕੇ ਇੱਕ ਪਲੈਨ ਹੋਰ ਕੀਤਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ, ਜਿਸ ਦੀ ਉਮਰ ਅਜੇ ਛੋਟੀ ਹੈ, ਅੰਗਰੇਜ਼ਾਂ ਨੇ ਲਾਹੌਰ ਦੇ ਵਿੱਚ ਉਹਨੂੰ ਨਜ਼ਰਬੰਦ ਕਰਕੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਹੈ, ਅਤੇ ਬਾਬਾ ਮਹਾਰਾਜ ਸਿੰਘ ਦਾ ਸਿੰਘਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਦੋ ਗਰੁੱਪ ਬਣਾਏ ਗਏ ਕਿ ਕਿਸੇ ਤਰੀਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੀ ਕੈਦ ਵਿੱਚੋਂ ਛੁਡਾ ਕੇ ਜੰਮੂ ਕਸ਼ਮੀਰ ਜਾਂ ਕਿਸੇ ਵੀ ਏਰੀਏ ਦੇ ਵਿੱਚ ਪਹਾੜਾਂ ਦੇ ਵਿੱਚ ਰੱਖਿਆ ਜਾਏ, ਉਹਦੇ ਨਾਂ ਦਾ ਕੋਈ ਸਿੱਕਾ ਜਾਰੀ ਕਰਕੇ, ਉਹਦੇ ਨਾਂ ਦਾ ਨਿਸ਼ਾਨ ਜਾਰੀ ਕਰਕੇ
ਖਾਲਸਾ ਰਾਜ ਦੀ ਜਿਹੜੀ ਉਹ ਫਿਰ ਦੁਬਾਰਾ ਤੋਂ ਉਹਨੂੰ ਕਾਇਮ ਕੀਤਾ ਜਾਏ, ਖਾਲਸਾ ਰਾਜ ਦਾ ਐਲਾਨ ਕੀਤਾ ਜਾਏ। ਪਰ ਕੁਝ ਇੱਕ ਗਦਾਰਾਂ ਦੀ ਗਦਾਰੀ ਦੇ ਕਾਰਨ ਇਹ ਜਿਹੜਾ ਪਲੈਨ ਹੈ ਬਾਬਾ ਮਹਾਰਾਜ ਸਿੰਘ ਦਾ, ਇਹ ਵੀ ਫੇਲ ਹੋ ਜਾਂਦਾ। ਫਿਰ ਬਾਬਾ ਮਹਾਰਾਜ ਸਿੰਘ ਦਾ ਪੂਰੇ ਪੰਜਾਬ ਦੇ ਵਿੱਚ ਵਿਚਰਨਾ, ਮਾਝਾ, ਮਾਲਵਾ, ਦੁਆਬਾ ਇਹਨਾਂ ਨੂੰ ਇਕੱਠਿਆਂ ਕਰਨਾ। ਔਰ ਇਹਦੇ ਵਿੱਚ ਇੱਕ ਦਿਨ ਇੱਕ ਘਟਨਾ ਹੋਰ ਵਾਪਰਦੀ ਹੈ। ਇੱਕ ਖਾਸ ਦਿਨ, ਖਾਸ ਤਰੀਕ ਨੂੰ ਮੁੱਖ ਰੱਖ ਕੇ ਬਾਬਾ ਮਹਾਰਾਜ ਸਿੰਘ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਹੁਸ਼ਿਆਰਪੁਰ ਦੇ ਨੇੜੇ ਇੱਕ ਸ਼ਾਮ 84 ਇਹਦੇ ਵਿੱਚ ਬੈਠੇ ਨੇ। ਇਹ ਵਿਉਂਤ ਬਣਾਈ ਕਿ ਅਗਲੇ ਦਿਨ ਹੁਸ਼ਿਆਰਪੁਰ ਛਾਉਣੀ ਅਤੇ ਜਲੰਧਰ ਛਾਉਣੀ, ਜੋ ਨੇੜੇ ਨੇੜੇ ਲੱਗਦੀਆਂ ਨੇ। ਜਦੋਂ ਰਾਤ ਦਾ ਸਮਾਂ ਹੋਏਗਾ, ਜਦੋਂ ਅੰਗਰੇਜ਼ ਅਫਸਰ, ਅੰਗਰੇਜ਼ ਸਿਪਾਹੀ ਰਾਤ ਦਾ ਖਾਣਾ ਖਾ ਕੇ, ਸ਼ਰਾਬ ਵਗੈਰਾ ਪੀ ਕੇ ਮਦਮਸਤ ਹੋ ਕੇ ਸੌਂ ਜਾਣਗੇ, ਇਹਨਾਂ ਦੋਨਾਂ ਛਾਉਣੀਆਂ ਦੇ ਉੱਤੇ ਹਮਲਾ ਕਰਕੇ ਇਹਨਾਂ ਛਾਉਣੀਆਂ ਦੇ ਵਿੱਚੋਂ ਅਸਲਾ, ਬਰੂਦ, ਗੋਲੀ ਸਿੱਕਾ ਲੁੱਟਿਆ ਜਾਏ। ਜਿਸ ਅਸਲੇ ਬਰੂਦ ਨੂੰ, ਗੋਲੀ ਸਿੱਕੇ ਨੂੰ ਬਾਅਦ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਵਰਤਿਆ ਜਾਵੇ। ਪਰ ਇਸੇ ਗਰੁੱਪ ਦੇ ਵਿੱਚ ਅੰਗਰੇਜ਼ ਦਾ ਇੱਕ ਸੂਹੀਆ ਰਲਿਆ ਸੀ, ਜਿਹਨੂੰ ਸਿਰਫ ਤੇ ਸਿਰਫ ਬਾਬਾ ਮਹਾਰਾਜ ਸਿੰਘ ਦੀ CID ਕਰਨ ਵਾਸਤੇ ਛੱਡਿਆ ਗਿਆ ਸੀ। ਇਹ ਪੂਰੀ ਦੀ ਪੂਰੀ ਰਿਪੋਰਟ ਰਾਤ ਦੇ ਸਮੇਂ ਉਹ ਜਿਹੜਾ ਸੂਹੀਆ ਹੁਸ਼ਿਆਰਪੁਰ ਔਰ ਜਲੰਧਰ ਛਾਉਣੀ ਦੇ ਵਿੱਚ ਦੇ ਦਿੰਦਾ। ਇਸ ਤੋਂ ਪਹਿਲਾਂ ਕਿ ਬਾਬਾ ਮਹਾਰਾਜ ਸਿੰਘ ਆਪਣੇ ਸਾਥੀਆਂ ਨਾਲ ਛਾਉਣੀ ਦੇ ਉੱਤੇ ਅਟੈਕ ਕਰਦੇ, ਉਸ ਤੋਂ ਪਹਿਲਾਂ ਹੁਸ਼ਿਆਰਪੁਰ ਤੋਂ ਅਤੇ ਜਲੰਧਰ ਤੋਂ ਭਾਰੀ ਗਿਣਤੀ ਦੇ ਵਿੱਚ ਫੌਜ ਹੈ ਜਿਹੜੀ ਚੜ੍ਹ ਕੇ ਆ ਜਾਂਦੀ ਹੈ। ਸ਼ਾਮ 84 ਪਿੰਡ ਨੂੰ ਘੇਰਾ ਪਾਉਂਦੀ ਹੈ। ਜਦੋਂ ਘੇਰਾ ਪੈ ਜਾਂਦਾ, ਅਨਾਊਂਸਮੈਂਟ ਹੁੰਦੀ ਹੈ, ਉੱਥੇ ਬਾਬਾ ਮਹਾਰਾਜ ਸਿੰਘ ਦੇ ਸਾਥੀ ਲੱਗੇ ਕਹਿਣ, ਬਈ ਬਾਬਾ ਜੀ, ਭਾਵੇਂ ਸਾਡੇ ਕੋਲ ਗੋਲੀ ਸਿੱਕਾ ਥੋੜ੍ਹਾ ਹੈ, ਪਰ ਆਪਾਂ ਇਹਨਾਂ ਦਾ ਮੁਕਾਬਲਾ ਕਰੀਏ, ਕਾਇਰਾਂ ਵਾਂਗੂ ਨਾ ਮਰੀਏ, ਆਪਾਂ ਸ਼ਹੀਦੀਆਂ ਪਾਈਏ। ਬਾਬਾ ਮਹਾਰਾਜ ਸਿੰਘ ਨੇ ਹਾਮੀ ਭਰ ਦਿੱਤੀ। ਪਰ ਜਦੋਂ ਚੁਬਾਰੇ, ਜਿਸ ਚੁਬਾਰੇ 'ਚ ਰੁਕੇ ਸਨ, ਉਹਦੀ ਬਾਰੀ ਦੇ ਵਿੱਚੋਂ ਬਾਹਰ ਵੇਖਿਆ ਕਿ ਬੜੀ ਗਿਣਤੀ ਦੇ ਵਿੱਚ ਫੌਜ ਨੇ ਘੇਰਾ ਪਾਇਆ ਹੋਇਆ। ਉੱਥੇ ਫਿਰ ਬਾਬਾ ਮਹਾਰਾਜ ਸਿੰਘ ਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ, ਨਾਲ ਦੇ ਸਾਥੀਆਂ ਨਾਲ ਸਾਂਝਾ ਕੀਤਾ। ਆਖਿਆ, ਪ੍ਰੇਮੀਓ, ਕਸੂਰਵਾਰ ਅਸੀਂ ਹਾਂ, ਗੌਰਮੈਂਟ ਦੇ, ਸਰਕਾਰ ਦੇ, ਇਹ ਪਿੰਡ ਵਾਸੀ ਨਹੀਂ। ਅਗਰ ਮੁਕਾਬਲਾ ਹੋਇਆ, ਜਿੰਨੀਆਂ ਵੀ ਗੋਲੀਆਂ ਚੱਲਣਗੀਆਂ ਉਹ ਸਾਡੇ ਵੀ ਵੱਜਣੀਆਂ ਨੇ ਅਤੇ ਪਿੰਡ ਵਾਲਿਆਂ ਦੇ ਵੀ ਵੱਜਣਗੀਆਂ। ਕੋਈ ਬੱਚਾ ਗਲੀ ਵਿੱਚੋਂ ਲੰਘ ਰਿਹਾ, ਕੋਈ ਬਜ਼ੁਰਗ ਜਾ ਰਿਹਾ, ਕੋਈ ਬੀਬੀ ਘਰੇ ਝਾੜੂ ਪੋਚੇ ਦਾ ਕੰਮ ਕਰ ਰਹੀ ਹੈ, ਕੋਈ ਬਜ਼ੁਰਗ ਹੋਰ ਕੋਈ ਕੰਮ ਕਰ ਰਿਹਾ, ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਗੋਲੀਆਂ ਕਿਉਂ ਵੱਜੀਆਂ, ਨਾਲ ਬੇਦੋਸ਼ੇ ਮਾਰੇ ਜਾਣਗੇ। ਇਸ ਕਰਕੇ ਬਾਬਾ ਮਹਾਰਾਜ ਸਿੰਘ ਦਾ ਕਹਿਣਾ ਵੀ ਇਹ ਕੰਮ ਨਹੀਂ ਹੋਣ ਦੇਣਾ, ਇਦੋਂ ਚੰਗਾ ਬੇਕਸੂਰ ਲੋਕਾਂ ਨੂੰ ਮਰਾਉਣ ਨਾਲੋਂ ਆਪਾਂ ਆਤਮ ਸਮਰਪਣ ਕਰ ਦਈਏ। ਉੱਥੇ ਫਿਰ ਬਾਬਾ ਮਹਾਰਾਜ ਸਿੰਘ ਨੇ ਆਪਣੇ ਸਾਥੀਆਂ, ਸਿੰਘਾਂ ਸਮੇਤ ਫੌਜ ਦੇ ਅੱਗੇ ਪਿੰਡ ਵਾਲਿਆਂ ਨੂੰ ਬਚਾਉਣ ਵਾਸਤੇ, ਉਹਨਾਂ ਦੀ ਜਾਨ ਦੀ ਰਾਖੀ ਵਾਸਤੇ ਆਪਣੇ ਆਪ ਨੂੰ ਅੰਗਰੇਜ਼ ਸਰਕਾਰ ਦੇ ਹਵਾਲੇ ਕਰ ਦਿੱਤਾ। ਉੱਥੋਂ ਬਾਬਾ ਮਹਾਰਾਜ ਸਿੰਘ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ, ਜਲੰਧਰ DC ਉੱਥੇ ਲਿਆਂਦਾ ਗਿਆ, DC ਦਫ਼ਤਰ ਦੇ ਵਿੱਚ। ਪਰ ਜਲੰਧਰ ਦਾ ਜੋ DC ਸੀ, ਉਹਨੇ ਆਖਿਆ ਬਈ ਇੱਥੇ ਬਾਬਾ ਮਹਾਰਾਜ ਸਿੰਘ ਨੂੰ ਰੱਖਣਾ ਮੁਨਾਸਿਬ ਨਹੀਂ, ਕਿਉਂਕਿ ਪੰਜਾਬ ਦਾ ਏਰੀਆ, ਇੱਥੇ ਲੋਕ ਭੜਕ ਜਾਣਗੇ, ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ, ਸੰਗਤਾਂ ਦਾ ਰੋਹ ਹੈ ਜਿਹੜਾ ਉਹਦੇ ਅੱਗੇ ਸਾਡੀ ਪੇਸ਼ ਨਹੀਂ ਜਾਣੀ। ਉੱਥੋਂ ਪਲਾਨ ਕੀਤਾ ਗਿਆ, ਬਾਬਾ ਮਹਾਰਾਜ ਸਿੰਘ ਨੂੰ ਇਲਾਹਾਬਾਦ ਲਿਜਾਇਆ ਗਿਆ। ਪਰ ਇਲਾਹਾਬਾਦ ਵਿੱਚ ਵੀ ਉੱਥੇ ਜੇਲਰ ਨੇ ਕਹਿ ਲਓ ਜਾਂ ਅਫਸਰਾਂ ਨੇ, ਮੌਕੇ ਦੇ ਹੁਕਮਰਾਨਾਂ ਨੇ ਕਹਿ ਦਿੱਤਾ ਕਿ ਇੱਥੇ ਰੱਖਣਾ ਸਹੀ ਨਹੀਂ ਹੈ, ਕਿਉਂਕਿ ਬਾਬਾ ਮਹਾਰਾਜ ਸਿੰਘ ਇੱਕ ਇਸ ਤਰ੍ਹਾਂ ਸਨ ਜਿਵੇਂ ਈਸਾਈ ਧਰਮ ਦੇ ਵਿੱਚ ਈਸਾ ਨੂੰ ਪੂਜਿਆ ਜਾਂਦਾ, ਇਵੇਂ ਸਿੱਖ ਧਰਮ ਦੇ ਵਿੱਚ ਬਾਬਾ ਮਹਾਰਾਜ ਸਿੰਘ ਦੀ ਮਾਣ ਸਤਿਕਾਰ ਅਤੇ ਪੂਜਾ ਹੁੰਦੀ ਹੈ। ਲੋਕ ਭੜਕ ਜਾਣਗੇ, ਸੰਗਤਾਂ ਭੜਕ ਜਾਣਗੀਆਂ। ਇਸ ਕਰਕੇ ਬਾਬਾ ਮਹਾਰਾਜ ਸਿੰਘ ਨੂੰ ਇਲਾਹਾਬਾਦ ਤੋਂ ਫਿਰ ਕਲਕੱਤੇ ਲਿਜਾਇਆ ਗਿਆ। ਪਰ ਕਲਕੱਤੇ ਵੀ ਥੋੜ੍ਹਾ ਸਮਾਂ ਰੱਖਣ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਬਾਬਾ ਮਹਾਰਾਜ ਸਿੰਘ ਨੂੰ ਇੱਥੇ ਵੀ ਰੱਖਣਾ ਮੁਨਾਸਿਬ ਨਹੀਂ ਹੈ। ਫਾਈਨਲੀ ਮੁੱਕਦੀ ਗੱਲ ਕਿ ਬਾਬਾ ਮਹਾਰਾਜ ਸਿੰਘ ਨੂੰ ਕਲਕੱਤੇ ਤੋਂ ਫਿਰ
ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਹੁਣ ਜਦੋਂ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਬਾਬਾ ਮਹਾਰਾਜ ਸਿੰਘ ਨੂੰ ਭੇਜਿਆ ਜਾਂਦਾ ਹੈ, ਇੱਥੇ ਇੱਕ ਗੱਲ ਹੋਰ ਬੜੀ ਜ਼ਿਕਰਯੋਗ ਹੈ ਕਿ ਲਾਰਡ ਡਲਹੌਜੀ ਬਹੁਤ ਖੁਸ਼ ਹੁੰਦਾ ਹੈ, ਕਿਉਂਕਿ ਬਾਬਾ ਵੀਰ ਸਿੰਘ ਦੇ ਹੁੰਦੇ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਅੰਗਰੇਜ਼ ਦੀ ਹਿੰਮਤ ਨਹੀਂ ਸੀ ਪਈ ਪੰਜਾਬ ਵੱਲ ਮੂੰਹ ਕਰਨ ਦੀ। ਬਾਬਾ ਵੀਰ ਸਿੰਘ ਦੇ ਹੁੰਦੇ ਅੰਗਰੇਜ਼ ਦਿੱਲੀ ਤੋਂ ਚਾਲਾਂ ਚੱਲਦਾ ਰਿਹਾ ਪਰ ਪੰਜਾਬ ਵਿੱਚ ਨਹੀਂ ਵੜ ਸਕਿਆ, ਪਰ ਜਿੱਦਾਂ ਹੀ ਬਾਬਾ ਵੀਰ ਸਿੰਘ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਅੰਗਰੇਜ਼ ਨੇ ਪੰਜਾਬ ਨੂੰ ਮੂੰਹ ਕੀਤਾ। ਫਿਰ ਕੁਝ ਆਪਣਿਆਂ ਦੀਆਂ ਗਦਾਰੀਆਂ ਕੁਝ ਆਪਸ ਵਿੱਚ ਮਾਰ ਤਾੜ ਹੋਣ ਕਰਕੇ ਅੰਗਰੇਜ਼ ਹੈ ਜਿਹੜਾ ਪੰਜਾਬ ਦੇ ਉੱਤੇ ਕਾਬਜ ਹੋ ਜਾਂਦਾ। ਇੱਥੇ ਫਿਰ ਲਾਰਡ ਡਲਹੌਜੀ ਇਸ ਕਰਕੇ ਖੁਸ਼ ਹੁੰਦਾ ਕਿ ਬਾਬਾ ਵੀਰ ਸਿੰਘ ਤੋਂ ਬਾਅਦ ਜਿਹੜੀ ਬਚੀ ਖੁਚੀ ਇੱਕ ਆਸ ਦੀ ਕਿਰਨ ਪੰਜਾਬੀਆਂ ਨੂੰ ਖਾਸ ਕਰਕੇ ਮਹਾਰਾਣੀ ਜਿੰਦ ਕੌਰ ਨੂੰ ਨਜ਼ਰ ਆਉਂਦੀ ਸੀ ਕਿ ਇੱਕ ਸੂਰਮਾ ਇੱਕ ਸੰਤ ਸਿਪਾਹੀ ਹੈ ਜੋ ਕੌਮ ਦੀ ਬਾਂਹ ਫੜੇਗਾ, ਬਾਗਡੋਰ ਸੰਭਾਲੇਗਾ। ਅਖੀਰ ਦੇ ਉੱਤੇ ਉਹਨੂੰ ਵੀ ਅਰੈਸਟ ਕਰਕੇ ਗ੍ਰਿਫਤਾਰ ਕਰਕੇ ਸਿੰਗਾਪੁਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਗੱਲ ਦੀ ਲਾਰਡ ਡਲਹੌਜੀ ਨੂੰ ਬਹੁਤ ਖੁਸ਼ੀ ਹੁੰਦੀ ਹੈ। ਤੂੰ ਆਪਣੇ ਸਾਰੇ ਨਾਲ ਦੇ ਹਮ ਰੁਤਬਾ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਬੜੀ ਵਧਾਈ ਦਿੰਦਾ, ਬੜਾ ਖੁਸ਼ ਹੁੰਦਾ। ਇੱਥੇ ਇੱਕ ਜ਼ਿਕਰ ਬਹੁਤ ਜ਼ਰੂਰੀ ਕਰਨਾ ਬਣਦਾ ਕਿ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਰਹਿੰਦਿਆਂ ਬਾਬਾ ਮਹਾਰਾਜ ਸਿੰਘ ਉੱਥੋਂ ਦਾ ਜਿਹੜਾ ਸਟਾਫ ਹੈ ਉਹ ਕਈ ਵਾਰੀ ਨੋਟ ਕਰਦਾ ਕਿ ਬਾਬਾ ਮਹਾਰਾਜ ਸਿੰਘ ਉਸ ਜੇਲ੍ਹ ਦੇ ਵਿੱਚ ਸਨ ਜਿੱਥੇ ਬੰਦਾ ਤਾਂ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਉੱਥੋਂ ਦੇ ਰਹਿਣ ਵਾਲੇ ਕਰਮਚਾਰੀਆਂ ਜਾਂ ਸਟਾਫ ਦੇ ਮੁਤਾਬਕ ਕਈ ਵਾਰੀ ਇਹੋ ਜਿਹਾ ਦ੍ਰਿਸ਼ ਵੇਖਣ ਵਿੱਚ ਆਉਂਦਾ ਕਿ ਬਾਬਾ ਮਹਾਰਾਜ ਸਿੰਘ ਜੇਲ੍ਹ ਤੋਂ ਬਾਹਰ ਹੁੰਦੇ, ਹਾਲਾਂਕਿ ਉਹਨਾਂ ਨੂੰ ਬਾਹਰ ਕੱਢਿਆ ਨਹੀਂ ਸੀ ਜਾਂਦਾ, ਪਰ ਉਹ ਜੇਲ੍ਹ ਤੋਂ ਬਾਹਰ ਨਜ਼ਰ ਆਉਂਦੇ। ਔਰ ਕਈ ਵਾਰੀ ਜੇਲ੍ਹ ਤੋਂ ਬਾਹਰ ਉਹ ਤੁਰਦੇ, ਉੱਥੋਂ ਦਾ ਜਿਹੜਾ ਸਟਾਫ ਸੀ ਖਾਸ ਕਰਕੇ ਕਈ ਨਰਸਾਂ ਜਿਹੜੀਆਂ ਮੈਡੀਕਲ ਸੇਵਾਵਾਂ ਦੇ ਲਈ ਉੱਥੇ ਰੱਖੀਆਂ ਗਈਆਂ, ਉਹ ਨਰਸਾਂ ਦੀ ਜ਼ੁਬਾਨੀ ਇਹ ਗੱਲ ਸਾਹਮਣੇ ਆਉਂਦੀ ਕਿ ਇਹ ਬਾਬਾ ਜੀ ਨੂੰ ਤਾਂ ਅਸੀਂ ਬਾਹਰ ਤੁਰਦੇ ਵੇਖਿਆ, ਸੈਰ ਕਰਦੇ ਵੇਖਿਆ, ਪਰ ਇੱਕ ਬੜੀ ਅਚੰਭੇ ਦੀ ਗੱਲ ਉਹ ਦੱਸਦੀਆਂ ਕਿ ਇਹ ਬਾਬਾ ਮਹਾਰਾਜ ਸਿੰਘ ਜਦੋਂ ਤੁਰਦੇ ਨੇ ਤਾਂ ਇੱਕ ਟੱਕ ਸਿੱਧੇ ਤੁਰਦੇ ਨੇ, ਆਸੇ ਪਾਸੇ ਵੇਖਦੇ ਨਹੀਂ, ਆਸੇ ਪਾਸੇ ਝੁਕਦੇ ਨਹੀਂ, ਸਿੱਧੇ ਹੀ ਤੁਰੇ ਜਾਂਦੇ ਨੇ। ਦੁਆਬੇ ਦਾ ਇੱਕ ਕਮਿਸ਼ਨਰ ਹੋਇਆ ਡੋਨਾਲਡ ਮੈਕਲੋਇਡ, ਉਹ ਆਪਣੀ ਲਿਖਤ ਦੇ ਵਿੱਚ ਲਿਖਦਾ ਕਿ ਇਹ ਜਿਹੜੇ ਅਸਲ ਦੇ ਵਿੱਚ ਉਹਨੇ ਗੁਰੂ ਸ਼ਬਦ ਦੀ ਵਰਤੋਂ ਕੀਤੀ ਹੈ, ਉਹ ਕਹਿੰਦਾ ਵੀ ਇਹ ਜਿਹੜਾ ਗੁਰੂ ਹੈ, ਸਿੱਖ ਗੁਰੂ ਨੇ ਕਿਹਾ ਵੀ ਇਹ ਜਿਹੜਾ ਸਿੱਖਾਂ ਦੇ ਵਿੱਚ ਗੁਰੂ ਹੈ ਬਾਬਾ ਮਹਾਰਾਜ ਸਿੰਘ, ਇੱਕ ਬੜੀ ਵਿਲੱਖਣ ਸ਼ਖਸੀਅਤ ਹੈ, ਇੱਕ ਬੜੀ ਵਿਲੱਖਣ ਰੂਹ ਹੈ। ਉਹ ਲਿਖਦਾ ਹੈ ਕਿ ਜਿਵੇਂ ਈਸਾਈ ਮਤ ਦੇ ਵਿੱਚ ਈਸਾ ਦੀ ਪੂਜਾ ਹੁੰਦੀ ਹੈ, ਬਹੁਤ ਸਤਿਕਾਰ ਹੁੰਦਾ, ਐਵੇਂ ਸਿੱਖਾਂ ਦੇ ਵਿੱਚ ਇਸ ਗੁਰੂ ਨੂੰ ਪੂਜਿਆ ਜਾਂਦਾ, ਇਹਦੀ ਬਹੁਤ ਜ਼ਿਆਦਾ ਪੂਜਾ ਹੁੰਦੀ ਹੈ, ਸਿੱਖ ਜਗਤ ਦੇ ਲੋਕ ਇਸ ਗੁਰੂ ਨੂੰ ਮੰਨਦੇ ਨੇ। ਇਹ ਜਿਹੜਾ ਗੁਰੂ ਹੈ, ਇਹ ਬਿਲਕੁਲ ਉਹਦੀ ਜ਼ਬਾਨੀ ਇਹੋ ਹੀ ਵਰਡਿੰਗ ਉਹਨੇ ਵਰਤੀ ਹੈ, ਸ਼ਬਦ ਵਰਤੇ ਨੇ ਕਿ ਇਹ ਜਿਹੜਾ ਗੁਰੂ ਹੈ ਬੜਾ ਨੇਕ ਹੈ, ਬੜਾ ਸ਼ਾਂਤ ਸੁਭਾਅ ਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਸ ਗੁਰੂ ਦੇ ਵਿੱਚ ਭਾਵ ਬਾਬਾ ਮਹਾਰਾਜ ਸਿੰਘ ਦੇ ਵਿੱਚ ਮੈਂ ਉਹ ਗੁਣ ਦੇਖੇ ਨੇ ਜਿਹੜੇ ਇੱਕ ਮੁਕੰਮਲ ਸੰਪੂਰਨ ਲੀਡਰ ਦੇ ਵਿੱਚ, ਨੇਤਾ ਦੇ ਵਿੱਚ ਔਰ ਮੁਕੰਮਲ ਸੰਤ ਔਰ ਸਿਪਾਹੀ ਦੇ ਵਿੱਚ ਹੋਣੇ ਚਾਹੀਦੇ ਨੇ, ਜਿਨ੍ਹਾਂ ਦੇ ਵਿੱਚ ਉਹ ਜੰਗੀ ਯੋਗਤਾ ਵੀ ਲਿਖਦਾ, ਭਵਿੱਖ ਨੂੰ ਦੇਖਣਾ, ਭਵਿੱਖ ਦੀ ਰਾਜਨੀਤੀ ਨੂੰ ਵਾਚਣਾ, ਉਹਨੂੰ ਵੇਖਣਾ, ਇਸ ਤਰ੍ਹਾਂ ਦੇ ਗੁਣ ਜਿਹੜਾ ਜਨਰਲ ਮੈਕਲੋਇਡ ਹੈ ਉਹ ਡਿਟੇਲ ਦੇ ਵਿੱਚ ਲਿਖਦਾ ਕਿ ਬਾਬਾ ਮਹਾਰਾਜ ਸਿੰਘ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਔਰ ਇੱਥੇ ਇੱਕ ਹੋਰ ਬੜੀ ਉਹ ਕਮਾਲ ਦੀ ਗੱਲ ਕਹਿੰਦਾ ਜਨਰਲ ਮੈਕਲੋਇਡ, ਉਹ ਕਹਿੰਦਾ ਜਿੰਨੇ ਗੁਣ ਬਾਬਾ ਮਹਾਰਾਜ ਸਿੰਘ ਵਿੱਚ ਨੇ, ਜੇਕਰ ਸਰੀਰ ਕਰਕੇ ਇਹਨਾਂ ਨੂੰ ਕੁਝ ਸਾਲ ਦਾ ਸਮਾਂ ਹੋਰ ਆਜ਼ਾਦ ਤੌਰ ਦੇ ਉੱਤੇ ਆਜ਼ਾਦੀ ਦੇ ਵਿੱਚ
ਭਾਰਤ ਦੀ ਧਰਤੀ ਦੇ ਉੱਤੇ ਵਿਚਰਨ ਦਾ ਮਿਲ ਜਾਂਦਾ ਤੇ ਇਹਨਾਂ ਨੇ ਇਹੋ ਜਿਹੇ ਕਾਰਨਾਮੇ ਕਰਨੇ ਸਨ, ਖਾਸ ਕਰਕੇ ਜਿਨ੍ਹਾਂ ਕਾਰਨਾਮਿਆਂ ਕਰਕੇ ਅੰਗਰੇਜ਼ੀ ਸਾਮਰਾਜ ਦਾ ਭਾਰਤ ਦੇ ਵਿੱਚ ਰੁਕਣਾ ਮੁਸ਼ਕਲ ਹੋ ਜਾਂਦਾ ਤੇ ਬਾਬਾ ਮਹਾਰਾਜ ਸਿੰਘ ਨੂੰ ਸਾਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਣਾ ਸੀ, ਭਾਵ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਣਾ ਸੀ। ਇਹ ਜਨਰਲ ਮੈਕਲੋਇਡ ਦੀ ਆਪਣੀ ਜਵਾਨੀ ਹੈ। ਬਾਬਾ ਮਹਾਰਾਜ ਸਿੰਘ ਜੇਲ੍ਹ ਦੇ ਵਿੱਚ ਰਹਿੰਦੇ ਆ, ਬਹੁਤਾ ਕਿਸੇ ਨਾਲ ਗੱਲਬਾਤ ਨਹੀਂ ਕਰਦੇ। ਇਤਿਹਾਸ ਇੱਥੋਂ ਤੱਕ ਵੀ ਦੱਸਦਾ ਕਿ ਬਾਬਾ ਮਹਾਰਾਜ ਸਿੰਘ ਨੂੰ ਬਹੁਤ ਔਫਰ ਵੀ ਦਿੱਤੇ ਗਏ ਕਿ ਤੁਸੀਂ ਜੋ ਵੀ ਇਹ ਜੰਗੇ ਆਜ਼ਾਦੀ ਦਾ ਜੂਲਾ ਆਪਣੇ ਸਿਰ ਚੁੱਕਿਆ, ਇਹਨੂੰ ਲਾ ਦਿਓ, ਅੰਗਰੇਜ਼ ਹਕੂਮਤ ਦੇ ਖਿਲਾਫ਼ ਆਪਣੀ ਲੜਾਈ ਬੰਦ ਕਰ ਦਿਓ, ਤੁਹਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ, ਸਜ਼ਾ ਮੁਆਫ਼ ਕਰ ਦਿੱਤੀ ਜਾਏਗੀ, ਹੋਰ ਬੜੇ ਤਰ੍ਹਾਂ ਦੇ ਲਾਲਚ ਦਿੱਤੇ। ਪਰ ਅਖੀਰ ਦੇ ਉੱਤੇ ਜਿਵੇਂ ਪਹਿਲਾਂ ਜ਼ਿਕਰ ਆਇਆ ਕਿ ਬਾਬਾ ਮਹਾਰਾਜ ਸਿੰਘ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਕਸਮ ਖਾਧੀ ਸੀ ਕਿ ਇਹ ਸਤਿਗੁਰੂ ਰਾਮਦਾਸ ਜੀ, ਤੁਹਾਡਾ ਇਹ ਨਿਮਾਣਾ ਜਾਂ ਸਿੱਖ ਇਸ ਪੱਛਮ ਵੱਲੋਂ ਆ ਰਹੀ ਤਾਕਤ ਨੂੰ ਚੱਕ ਕੇ ਜੜ੍ਹਾਂ ਤੋਂ ਪੁੱਟ ਕੇ ਪਹਿਲੀ ਗੱਲ ਤਾਂ ਸਮੁੰਦਰ ਤੋਂ ਪਾਰ ਸਿੱਟ ਦੇਗਾ ਜੇ ਇਹ ਨਾ ਕਰ ਸਕਿਆ, ਤਾਂ ਆਪਣਾ ਸੀਸ ਕਟਾ ਦੇਗਾ, ਪਰ ਝੁਕੇਗਾ ਨਹੀਂ। ਉਸੇ ਗੱਲ ਨੂੰ ਫਿਰ ਦੁਹਰਾਉਂਦੇ ਹੋਏ ਬਾਬਾ ਮਹਾਰਾਜ ਸਿੰਘ ਨੇ ਕਿਹਾ ਸੀ, ਨਹੀਂ, ਇਹ ਸਰੀਰ ਹੈ ਜਿਹੜਾ ਇਹ ਕੌਮ ਦੀ ਅਮਾਨਤ ਹੈ, ਦੇਸ਼ ਦੀ ਅਮਾਨਤ ਹੈ, ਕੌਮ ਦੇ ਔਰ ਦੇਸ਼ ਦੇ ਲੇਖੇ ਹੀ ਲੱਗੇਗਾ। ਸੋ ਬਾਬਾ ਮਹਾਰਾਜ ਸਿੰਘ ਨੇ ਤਕਰੀਬਨ 6 ਸਾਲ ਦਾ ਲਗਭਗ ਸਮਾਂ ਬਣਦਾ ਬਾਬਾ ਮਹਾਰਾਜ ਸਿੰਘ ਦਾ ਜੇਲ੍ਹ ਦੇ ਵਿੱਚ ਰੁਕੇ ਰਹੇ। ਇਹ ਸਮੇਂ ਦੇ ਵਿੱਚ ਜ਼ਿਆਦਾ ਕਿਸੇ ਨਾਲ ਗੱਲਬਾਤ ਨਹੀਂ ਸਨ ਕਰਦੇ, ਸਿਮਰਨ ਦੇ ਵਿੱਚ ਜੁੜੇ ਰਹਿੰਦੇ, ਭਜਨ ਦੇ ਵਿੱਚ ਜੁੜੇ ਰਹਿੰਦੇ। ਔਰ ਇੱਕ ਘਟਨਾ ਦਾ ਇੱਥੇ ਹੋਰ ਇੱਕ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਬਣਦਾ। ਜੇਲ੍ਹ ਦੇ ਸਮੇਂ ਦੇ ਵਿੱਚ ਰਹਿੰਦਿਆਂ ਬਾਬਾ ਮਹਾਰਾਜ ਸਿੰਘ ਨੂੰ ਜੋ ਖਾਣ ਲਈ ਪ੍ਰਸ਼ਾਦਾ ਜਾਂ ਖਾਣਾ ਦਿੱਤਾ ਜਾਂਦਾ, ਉਹ 8 ਪਹਿਰ ਯਾਨੀ 24 ਘੰਟੇ ਬਾਅਦ ਇੱਕ ਪ੍ਰਸ਼ਾਦਾ ਮਿਲਦਾ ਸੀ। ਔਰ ਉਹ ਪ੍ਰਸ਼ਾਦਾ ਜਿਹੜਾ ਦਿੱਤਾ ਜਾਂਦਾ, ਉਹ ਜਿਸ ਆਟੇ ਦਾ ਬਣਦਾ, ਜਿੰਨੇ ਆਟੇ ਦਾ ਪ੍ਰਸ਼ਾਦਾ ਬਣਾਇਆ ਜਾਂਦਾ, ਉਹਦੇ ਬਰਾਬਰ ਉਹਦੇ ਵਿੱਚ ਚੂਨਾ ਮਿਲਾ ਦਿੱਤਾ ਜਾਂਦਾ। ਚੂਨੇ ਵਾਲਾ ਪ੍ਰਸ਼ਾਦਾ ਖਾਣ ਕਰਕੇ, ਛਕਣ ਕਰਕੇ ਬਾਬਾ ਮਹਾਰਾਜ ਸਿੰਘ ਦਾ ਜਿਹੜਾ ਸਰੀਰ ਸੀ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ, ਅੱਖਾਂ ਦੀ ਰੋਸ਼ਨੀ ਚਲੇ ਗਈ, ਸਰੀਰ ਅੰਦਰੋਂ ਗਲਣਾ ਸ਼ੁਰੂ ਹੋ ਗਿਆ। ਹਨੇਰੀ ਕੋਠੜੀ ਦੇ ਵਿੱਚ ਰਹਿਣ ਕਰਕੇ ਆਕਸੀਜਨ ਘੱਟ ਮਿਲਦੀ, ਧੁੱਪ ਦੇ ਵਿੱਚ ਨਾ ਆਉਣ ਕਰਕੇ ਸਰੀਰ ਦੇ ਵਿੱਚ ਬਹੁਤ ਕਮੀਆਂ ਆ ਗਈਆਂ, ਹੱਡੀਆਂ ਕਮਜ਼ੋਰ ਹੋ ਗਈਆਂ, ਚਮੜੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਇੱਕ ਦਿਨ ਐਸਾ ਵੀ ਆਉਂਦਾ, ਇਤਿਹਾਸ ਦੱਸਦਾ ਕਿ ਜਦੋਂ ਬਾਬਾ ਮਹਾਰਾਜ ਸਿੰਘ ਦੇ ਗਲੇ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ, ਉੱਥੇ ਬਾਬਾ ਮਹਾਰਾਜ ਸਿੰਘ ਦੇ ਸਰੀਰ ਦੇ ਅੰਦਰ ਜਿਹੜੀ ਖੁਰਾਕ ਜਾਣੀ ਬੰਦ ਹੋ ਜਾਂਦੀ ਹੈ। ਤਕਰੀਬਨ 1856 ਅਪ੍ਰੈਲ ਦਾ ਮਹੀਨਾ ਆ ਜਾਂਦਾ, ਜਦੋਂ ਅਪ੍ਰੈਲ ਦੇ ਮਹੀਨੇ ਬਾਬਾ ਮਹਾਰਾਜ ਸਿੰਘ ਅਖੀਰਲਾ ਪ੍ਰਸ਼ਾਦਾ ਛਕਦੇ ਨੇ। ਉਸ ਤੋਂ ਬਾਅਦ ਗੱਲ ਪਾਣੀ 'ਤੇ ਆ ਜਾਂਦੀ ਹੈ, ਪਾਣੀ ਪੀ ਕੇ ਗੁਜ਼ਾਰਾ ਕਰਦੇ ਨੇ, ਹੌਲੀ ਹੌਲੀ ਪਾਣੀ ਹੈ ਜਿਹੜਾ ਉਹ ਵੀ ਅੰਦਰ ਜਾਣਾ ਬੰਦ ਕਰ ਦਿੰਦਾ ਹੈ। ਫਿਰ ਇੱਕ ਦਿਨ ਕੋਈ ਹਿਲਜੁਲ ਸਰੀਰ ਵਿੱਚ ਨਹੀਂ ਹੁੰਦੀ, ਜਿਹੜਾ ਜੇਲਰ ਹੈ ਉਹ ਜਦੋਂ ਆ ਕੇ ਚੈੱਕ ਕਰਦਾ ਕੋਈ ਹਿਲਜੁਲ ਨਹੀਂ, ਕੋਈ ਹਰਕਤ ਨਹੀਂ ਹੈ, ਉਹ ਫਿਰ ਡਾਕਟਰ ਨੂੰ ਸੱਦਦਾ, ਡਾਕਟਰ ਬੁਲਾਇਆ ਜਾਂਦਾ। ਜਦੋਂ ਡਾਕਟਰ ਆ ਕੇ ਚੈੱਕ ਕਰਦਾ ਤਾਂ ਡਾਕਟਰ ਇਹ ਸਲਾਹ ਦਿੰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਇਲਾਜ ਕਰਵਾਇਆ ਜਾਏ, ਸਰੀਰ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ, ਜੇ ਸਮੇਂ ਸਿਰ ਇਲਾਜ ਨਾ ਮਿਲਿਆ ਤਾਂ ਕੁਝ ਵੀ ਹੋ ਸਕਦਾ। ਉੱਥੇ ਬਾਬਾ ਮਹਾਰਾਜ ਸਿੰਘ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਜਦੋਂ ਇਲਾਜ ਵਾਸਤੇ ਲੈ ਕੇ ਜਾਣ ਲੱਗੇ ਤਾਂ ਬਾਬਾ ਮਹਾਰਾਜ ਸਿੰਘ ਨੇ ਮਨ੍ਹਾ ਕਰ ਦਿੱਤਾ ਕਿ ਹੁਣ ਇਲਾਜ ਦਾ ਸਮਾਂ ਨਹੀਂ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ। ਉੱਥੇ ਫਿਰ ਬਾਬਾ ਮਹਾਰਾਜ ਸਿੰਘ ਦੇ ਇੱਕ ਸਾਥੀ ਬਾਬਾ ਖੜਕ ਸਿੰਘ, ਜੋ ਪਹਿਲੇ ਦਿਨ ਤੋਂ ਹੀ ਜੇਲ੍ਹ ਦੇ ਵਿੱਚ ਨਾਲ ਬੰਦ ਸਨ, ਪਰ ਅਫਸੋਸ ਕਿ 6 ਸਾਲ ਦੇ ਸਮੇਂ ਦੇ ਵਿੱਚ ਇੱਕ ਦਿਨ ਵੀ ਬਾਬਾ ਖੜਕ ਸਿੰਘ ਨੂੰ, ਬਾਬਾ ਮਹਾਰਾਜ ਸਿੰਘ ਨੂੰ ਨਾ ਮਿਲਣ ਦਿੱਤਾ ਗਿਆ। ਅਖੀਰਲੇ ਸਮੇਂ 'ਤੇ ਜਦੋਂ ਆਖਰੀ ਇੱਛਾ ਪੁੱਛੀ ਗਈ ਤਾਂ ਬਾਬਾ ਮਹਾਰਾਜ ਸਿੰਘ ਨੇ ਕਿਹਾ ਕਿ ਮੇਰੀ ਇੱਛਾ ਕਿ ਇੱਕ ਵਾਰੀ ਮੈਨੂੰ ਬਾਬਾ ਖੜਕ ਸਿੰਘ ਨੂੰ ਮਿਲਾ ਦਿਓ। ਮੁੱਕਦੀ ਗੱਲ, ਬਾਬਾ ਖੜਕ ਸਿੰਘ ਨੂੰ ਬੁਲਾਇਆ ਗਿਆ।
ਉੱਥੇ ਬਾਬਾ ਮਹਾਰਾਜ ਸਿੰਘ ਬਾਬਾ ਖੜਕ ਸਿੰਘ ਨੂੰ ਗਲੇ ਮਿਲਦੇ ਨੇ। ਖੈਰ ਬਾਬਾ ਖੜਕ ਸਿੰਘ ਦਾ ਦੇਖ ਕੇ ਤਾਹਾਂ ਮਾਰ ਕੇ ਰੋਣਾ, ਜਦੋਂ ਸਰੀਰ ਦੀ ਹਾਲਤ ਤੱਕੀ ਉੱਥੇ ਫਿਰ ਬਾਬਾ ਮਹਾਰਾਜ ਸਿੰਘ ਨੇ ਬਚਨ ਕੀਤੇ ਕਿ ਖੜਕ ਸਿੰਘ ਜੀ, ਸਾਡੇ ਜਾਣ ਦਾ ਸਮਾਂ ਆ ਗਿਆ, ਸਾਡੇ ਵੱਲੋਂ ਸਾਡੇ ਭਰਾਵਾਂ ਨੂੰ, ਸਿੱਖਾਂ ਨੂੰ, ਸਿੱਖ ਕੌਮ ਨੂੰ, ਸੰਗਤਾਂ ਨੂੰ ਸਾਡੇ ਵੱਲੋਂ ਇਹ ਮੈਸੇਜ ਦੇਣਾ ਕਿ ਇਹ ਪੱਛਮੀ ਗੋਰੀ ਤਾਕਤ ਦੇ ਖਿਲਾਫ਼ ਜਿਹੜੀ ਇਹ ਜੰਗ ਆਰੰਭ ਹੋਈ ਹੈ ਇਹ ਬੰਦ ਨਹੀਂ ਹੋਣੀ ਚਾਹੀਦੀ। ਮੇਰੇ ਵਰਗੇ ਮੇਰੇ ਤੋਂ ਬਾਅਦ ਹੋਰ ਆਉਣਗੇ ਸੂਰਮੇ ਸੂਰਬੀਰ, ਉਹ ਵੀ ਆਪੀਆਂ ਆਪਣੀਆਂ ਜਾਨਾਂ ਤੋਂ ਖੇਡਣਗੇ, ਕੁਰਬਾਨੀਆਂ ਦੇਣਗੇ, ਅਤੇ ਮੇਰਾ ਇਹ ਮੈਸੇਜ ਜਿਹੜਾ ਸਾਰੀਆਂ ਸੰਗਤਾਂ ਨੂੰ ਜ਼ਰੂਰ ਦੇਣਾ। ਇਹ ਬਚਨ ਕਰਦੇ ਹੋਏ 5 ਜੁਲਾਈ 1856 ਵਾਲੇ ਦਿਨ ਕਲਗੀਧਰ ਦਾ ਇਹ ਸਪੂਤ ਸੂਰਮਾ ਸੂਰਬੀਰ ਸੰਤ ਸਿਪਾਹੀ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਉਂਦੇ ਹੋਏ ਬਾਬਾ ਖੜਕ ਸਿੰਘ ਦੇ ਰਾਹੀਂ ਇਹ ਮੈਸੇਜ ਦਿੰਦੇ ਹੋਏ ਆਖਰੀ ਫਤਿਹ ਬੁਲਾ ਕੇ ਉਸ ਸਿੰਘਾਪੁਰ ਦੀ ਜੇਲ੍ਹ ਦੇ ਵਿੱਚ ਆਪਣੇ ਸਰੀਰ ਦਾ ਇਹ ਕਹਿੰਦੇ ਹੋਏ ਤਿਆਗ ਕਰ ਦਿੱਤਾ, ਇਹ ਗੁਰੂ ਨਾਨਕ ਦੀ ਸੰਗਤ ਹੈ, ਕਲਗੀਧਰ ਦੇ ਸਿੱਖੋ, ਤੁਹਾਡਾ ਇਹ ਸੇਵਕ ਇਸ ਅਰੰਭੇ ਕਾਰਜ ਨੂੰ ਭਾਵੇਂ ਸਿਰੇ ਨਹੀਂ ਚੜ੍ਹਾ ਸਕਿਆ, ਪਰ ਮੇਰੇ ਜਾਣ ਤੋਂ ਬਾਅਦ ਇਹ ਨਾ ਸੋਚਣਾ ਕਿ ਇਹ ਜੰਗ ਖਤਮ ਹੋ ਗਈ ਹੈ। ਇਹ ਜੰਗ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਹ ਪੱਛਮੀ ਗੋਰੀ ਤਾਕਤ ਦੇਸ਼ ਦੇ ਗਲੋਂ, ਕੌਮ ਦੇ ਗਲੋਂ ਲੈ ਨਹੀਂ ਜਾਂਦੀ। ਇਹ ਬਚਨ ਕਰਦੇ ਹੋਏ ਬਾਬਾ ਮਹਾਰਾਜ ਸਿੰਘ ਨੇ ਸਮੂਹ ਸਿੱਖ ਸੰਗਤਾਂ ਨੂੰ ਆਖਰੀ ਫਤਿਹ 5 ਜੁਲਾਈ 1856 ਵਾਲੇ ਦਿਨ ਸਿੰਘਾਪੁਰ ਦੀ ਜੇਲ੍ਹ ਵਿੱਚ ਬੁਲਾਉਂਦੇ ਹੋਏ ਫਤਿਹ ਬੁਲਾ ਦਿੱਤੀ ਔਰ ਸਰੀਰ ਦਾ ਤਿਆਗ ਕਰ ਦਿੱਤਾ। ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।